ਜੀ ਡੋਗਰੀ ਦੀ ਮਿੰਜਰੇ ਵਿੱਚ ਅੱਜ ਜਤ ਹੁੰਦਾ ਫੇਰ ਸਵਾਗਤ ਹੈ ਤੇ ਅੱਜ ਆਸ ਫੇਰ ਹੋਰ ਕਿਛ ਡੋਗਰਾ ਟਾਕਰੀ ਅੱਖਰ ਸਿੱਖਗੇ ਅੱਜ ਜੇ ਕਿ ਆਸ ਅੱਖਰ ਸਿੱਖਗੇ ਨਾ ਉਹ ਚ ਵਰਗ ਦੇ ਅੱਖਰ ਤੇ ਆਵਾਸ ਬਿਨਾ ਸਮੇਂ ਗਵਾਏ ਸਿੱਖ ਚਾ ਚ ਵਰਗ ਦੇ ਕਿਛ ਹੋਰ ਡੋਗਰਾ ਟਾਕਰੀ ਅੱਖਰ ਬੰਦ ਕਰੋ ਡੋਗਰੀ ਦੀਆਂ ਮਿੰਜਰੇ ਕੀ ਇਹ ਪਹਿਲਾ ਜਿਹੜਾ ਚ ਵਰਗ ਦੇ ਅਖਨ ਸਾਡੇ ਪਹਿਲੇ ਚ ਹੈ ਇਸੇ ਇੰਜ ਲਿਖਿਆ ਜਾਂਦਾ ਤੋਂ ਇਹ ਜਿਹੜਾ ਸਾਡਾ ਇਹ ਸ਼ੋ ਹੈ ਇਸੇ ਲਿਖਦੇ ਇੰਜ ਲਿਖਦੇ ਨੇ ਤੇ ਇੰਜ ਲਿਖਿਆ ਜਾਂਦਾ ਕਿ ਹੈ ਕਿ ਸਾਡੇ ਜਿਹੜੇ ਡੋਗਰਾ ਟਾਕਰੀ ਅਖਨ ਇਹਨਾਂ ਲਿਖਣੇ ਵਿੱਚ ਵੀ ਕੁਝ ਦਿਖੋ ਤੁਸੀਂ ਕਿੰਨ ਜਗ੍ਹਾ ਕਿੰਨਾ ਲਿਖਿਆ ਹੁੰਦਾ ਕੋਈ ਜਗ੍ਹਾ ਕਿਸ ਹੋਰ ਚਾਲੇ ਦਾ ਲਿਖਿਆ ਹੁੰਦਾ ਲੇਕਿਨ ਕੁੱਲ ਮਲਾਈ ਜੇ ਕਿ ਜਿਹੜਾ ਸਾਡਾ ਜਾ ਹੈ ਉਹਦੀ ਜੇ ਕਿ ਲਿਖਣੇ ਦੀ ਜੇ ਕਿ ਲਿਖਾਵਟ ਹੈ ਇਹ ਜਈ ਹੈ ਠੀਕ ਹੈ ਉਹ ਆ ਜਿਹੜਾ ਸਾਡਾ ਜ ਐ ਦੀ ਇਹ ਜੀ ਹੈ ਤੇ ਉਹਦੇ ਬਾਅਦ ਜਿਹੜਾ ਸਾਡਾ ਨਿਆ ਇਹ ਦੀ ਇਹ ਜੀ ਹੈ ਨ ਠੀਕ ਹੈ ਚ ਛ ਜ ਜ ਨ ਇਹ ਆ ਇੱਥੇ ਸਾਡੇ ਹੋਰ ਪੰਜ ਅੱਖਰ ਦੋੜਾ ਡਾਕਰੀ ਅੱਖਰ ਇਹਨੇ ਇੰਜ ਲਿਖਿਆ ਜਾਂਦਾ ਤੇ ਅੱਜ ਦੀ ਵੀਡੀਓ ਵਿੱਚ ਜਿਹਕੇ ਸਾਡੇ ਇਹ ਅੱਖਰ ਹੈ ਚ ਛ ਤੇ ਜ ਜਿਹੜਾ ਇਹ ਤੁਸੀਂ ਦਿਖਿਆ ਵੀ ਹੋਣਾ ਜੰਮੂ ਰੇਲਵੇ ਸਟੇਸ਼ਨ ਉੱਪਰ ਉੱਥੇ ਇਹ ਜਿਗਾ ਜਗ ਨੇ ਇਸ ਸੈ ਡੋਗਰਾ ਟਾਕਰੀਆ ਖਨੇ ਕਰਨੇ ਉੱਥੇ ਜੰਮੂ ਲਿਖੇ ਗਿਆ ਤੋਂ ਉੱਥੇ ਚੀਜ਼ ਇਹ ਜ ਜਿਹੜਾ ਉੱਥੇ ਦੇਖ ਹੀ ਸਕਦੇ ਹੋ ਠੀਕ ਹੈ ਅੱਜ ਸਾਡੇ ਇਹ ਅੱਖਰੇ ਤੁਸੀਂ ਕੰਨਾ ਗਿਆ ਦਿਖੋ ਡੋਗਰਾ ਟਾਕਰੀਆ ਅੱਖਰ ਸਿੱਖੋ ਤੇ ਦੂਏ ਸਿਖਾਓ ਸ਼ੁਕਰੀਆ ਜੀ ਧੰਨਵਾਦ ਹੁੰਦਾ